ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਅਸੀਂ ਆਪਣੇ ਸਟੂਡੀਓ ਦੇ ਵਿੱਚ ਤਬਲਾ ਜਿਹੜਾ ਡੱਬ ਕਰ ਰਹੇ ਹਾਂ, ਸ਼ਬਦਾਂ ਦੇ ਵਿੱਚ ਤਬਲਾ ਵਜਾਇਆ ਜਾ ਰਿਹਾ। ਸੋ ਸਾਡੇ ਵੀਰ ਜੀ ਪਹੁੰਚੇ ਹੋਏ ਨੇ, ਜੋ ਕਿ ਡਬਿੰਗ ਕੈਬਨ ਦੇ ਵਿੱਚ, ਡਬਿੰਗ ਰੂਮ ਦੇ ਵਿੱਚ ਤਬਲਾ ਪਲੇ ਕਰ ਰਹੇ ਨੇ। ਕਾਫੀ ਕੰਮ ਅਸੀਂ ਕਰ ਲਿਆ, ਸੋ ਕਾਫੀ ਕੰਮ ਥੋੜ੍ਹਾ ਜਿਹਾ ਅਸੀਂ ਵਿੱਚ ਦੀ ਬ੍ਰੇਕ ਲਈ ਹੈ। ਸੋ ਕੁਛ ਅਸੀਂ ਤਬਲਾ ਜਿਹੜਾ ਉਹ ਕਰਦੇ ਹਾਂ ਡੱਬ। ਸੋ ਬਹੁਤ ਸੋਹਣਾ ਤਬਲਾ ਵਜਾਉਂਦੇ ਨੇ, ਅਤੇ ਸ਼ਬਦ ਗੁਰਬਾਣੀ ਅਸੀਂ ਤੁਹਾਨੂੰ ਪੂਰਾ ਸ਼ਬਦ ਇੱਥੇ ਸੁਣਾ ਨਹੀਂ ਸਕਦੇ, ਕਿਉਂਕਿ ਕਾਪੀਰਾਈਟ ਵਗੈਰਾ ਆ ਜਾਂਦਾ। ਸੋ ਅਸੀਂ ਫਿਰ ਵੀ ਇੱਕ ਤਬਲੇ ਦਾ ਸਿੰਪਲ ਤੁਹਾਨੂੰ ਅਸੀਂ ਸੁਣਾਉਣੇ, ਜੋ ਵੀਰ ਜੀ ਨੇ ਡੱਬਿੰਗ ਕੀਤੀ ਹੈ। ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾਜੋ ਦੋਏ ਰੋਈ, ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾਜੋ ਦੋਏ ਰੋਈ। ਸੋ ਰਿਕਾਰਡਿੰਗ ਜਿਹੜੀ ਆ ਉਹ ਸਟਾਰਟ ਹੈ। ਅਸੀਂ ਲੈ ਕੇ ਚੱਲਦੇ ਹਾਂ ਤੁਹਾਨੂੰ ਆਪਣੇ ਡਬਿੰਗ ਕੈਬਨ ਦੇ ਵਿੱਚ, ਕੰਟਰੋਲ ਰੂਮ ਤੋਂ ਡਬਿੰਗ ਰੂਮ ਦੇ ਵਿੱਚ। ਸੋ ਕੈਰਵਾ ਤਾਲ ਜਿਹੜਾ ਅਸੀਂ ਰਿਕਾਰਡ ਕਰ ਰਹੇ ਹਾਂ। ਸੋ ਇੱਥੋਂ ਜਿਹੜਾ ਕੰਟਰੋਲ ਰੂਮ ਦੇ ਵਿੱਚ ਕੁਛ ਹੋ ਰਿਹਾ, ਉਹ ਇਹਨਾਂ ਨੂੰ ਬਾਏ ਹੈੱਡਫੋਨ ਸੁਣ ਰਿਹਾ ਸ਼ਬਦ ਜਿਹੜਾ। ਸੋ ਉਸ ਦੇ ਅਕੋਰਡਿੰਗ ਇਹ ਤਬਲਾ ਜਿਹੜਾ ਉਹ ਡੱਬ ਕਰ ਰਿਹਾ। ਫਿਲਹਾਲ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਫਾਈਨਲ ਨਹੀਂ, ਕਿਉਂਕਿ ਇਹਦੇ ਵਿੱਚ ਮੇਰੀ ਆਵਾਜ਼ ਆਉਂਦੀ ਪਈ ਹੈ। ਸੋ ਬਹੁਤ ਹੀ ਜਿਹੜਾ ਮਿਠਾਸ ਵਾਲਾ ਤਬਲਾ ਇਹ ਵਜਾਉਂਦੇ ਨੇ। ਭਾਈ ਮਨਦੀਪ ਸਿੰਘ ਜੀ ਹਾਂਜੀ ਦੋਸਤੋ, ਅਸੀਂ ਸੁਣ ਚੁੱਕੇ ਹਾਂ ਕਿ ਕਿਸ ਤਰ੍ਹਾਂ ਇੱਕ ਰਿਕਾਰਡਡ ਸ਼ਬਦ ਦੇ ਉੱਪਰ ਅਸੀਂ ਤਬਲਾ ਡੱਬ ਕੀਤਾ ਹੈ। ਤਬਲੇ ਦਾ ਡੱਬਿੰਗ ਸੈਸ਼ਨ ਜਿਹੜਾ ਉਹ ਆਪਾਂ ਸਾਰਿਆਂ ਨੇ ਸੁਣਿਆ ਅਤੇ ਦੇਖਿਆ। ਸੋ ਇੱਕ ਬੜਾ ਕਠਿਨ ਜਿਹਾ ਕੰਮ ਹੁੰਦਾ, ਇੱਕ ਜਿਹੜਾ ਰਿਦਮ ਪਲੇਅਰ ਹੈ ਉਹਦੇ ਵਾਸਤੇ, ਕਲਿੱਕ ਦੇ ਉੱਪਰ ਕੋਈ ਵੀ ਜਿਹੜਾ ਰਿਦਮ ਦਾ ਇੰਸਟਰੂਮੈਂਟ ਹੈ ਉਹ ਪਲੇ ਕਰਨਾ ਥੋੜ੍ਹਾ ਜਿਹਾ ਔਖਾ ਹੁੰਦਾ। ਅਤੇ ਕਮੀ ਕਿੱਥੇ ਹੁੰਦੀ ਹੈ, ਜਦੋਂ ਅਸੀਂ ਪ੍ਰੈਕਟਿਸ ਅਸੀਂ ਅਭਿਆਸ ਛੱਡ ਦਿੰਦੇ ਹਾਂ, ਉਦੋਂ ਅਸੀਂ ਕਲਿੱਕ ਦੇ ਉੱਪਰ ਤਬਲਾ ਜਿਹੜਾ ਜਾਂ ਕੋਈ ਰਿਦਮ ਜਿਹੜਾ ਉਹ ਨਹੀਂ ਵਜਾ ਸਕਦੇ, ਕਿਉਂਕਿ ਅਸੀਂ ਅੱਗੇ ਟੱਪ ਜਾਂਦੇ ਹਾਂ ਜਾਂ ਕਦੇ ਪਿੱਛੇ ਰਹਿ ਜਾਂਦੇ ਹਾਂ, ਉਹਦੇ ਨਾਲ ਟੈਂਪੋ ਦੇ ਨਾਲ ਫੁੱਲ ਸਾਡਾ ਜਿਹੜਾ ਮੇਨਟੇਨ ਨਹੀਂ ਹੋ ਪਾਉਂਦਾ। ਸੋ ਇਸ ਕਰਕੇ ਅਸੀਂ ਅੱਜ ਬੜਾ ਆਨੰਦ ਲਿਆ ਸਟੂਡੀਓ ਦੇ ਵਿੱਚ, ਅਤੇ ਹੁਣ ਸਾਨੂੰ ਦਿਓ ਇਜਾਜ਼ਤ ਅਤੇ ਜੁੜੇ ਰਹੋ ਸਾਡੇ ਸੁਰ ਸਿਮਰਨ ਯੂਟਿਊਬ ਚੈਨਲ ਦੇ ਨਾਲ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਅਸੀਂ ਹੋਰ ਵੀ ਵੀਡੀਓ ਵਗੈਰਾ ਦਿਖਾਵਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।